ਫਿਰੋਜ਼ਪੁਰ 'ਚ ਵਿਜੀਲੈਂਸ ਵਿਭਾਗ ਦੀ ਟੀਮ ਨੇ ਦਫ਼ਤਰ ਪ੍ਰਖਿਸਤਾਨ ਫੰਡ ਲੇਖਾ ਪੰਜਾਬ ਦੇ ਇੱਕ ਆਡੀਟਰ ਨੂੰ 10,000 ਰੁਪਏ ਦੀ ਰਿਸ਼ਵਤ ਨਾਲ ਰੰਗੇ ਹੱਥੀਂ ਕਾਬੂ ਕੀਤਾ ਹੈ। ਦਰਅਸਲ ਸ਼ਿਕਾਇਤਕਰਤਾ ਤੀਰਥ ਸਿੰਘ ਪੰਚਾਇਤ ਅਫਸਰ ਮੱਖੂ ਨੇ ਟੂਰਨਾਮੈਂਟ ਲਈ ਮਿਲੇ 2.5 ਲੱਖ ਰੁਪਏ ਦੇ ਚੈੱਕ ਦੀ ਫਾਈਲ ਪੰਚਾਇਤ ਦਫ਼ਤਰ 'ਚ ਜਮ੍ਹਾਂ ਕਰਵਾਈ ਸੀ, ਜੋ ਕਿ ਪਾਸ ਵੀ ਹੋ ਚੁੱਕੀ ਸੀ, ਪਰ ਫਾਈਲ ਨੂੰ ਆਡਿਟ ਕਰਨ ਦੇ ਬਦਲੇ 'ਚ ਆਡੀਟਰ ਸੁਖਮੰਦਰ ਸਿੰਘ ਨੇ 20,000 ਰੁਪਏ ਦੀ ਮੰਗ ਕੀਤੀ, ਜਿਸ ਤੇ ਤੀਰਥ ਸਿੰਘ ਨੇ ਵਿਜੀਲੈਂਸ ਵਿਭਾਗ ਨੂੰ ਸੂਚਿਤ ਕਰਕੇ 10,000 ਰੁਪਏ ਦਿੰਦੇ ਵਕਤ ਦੋਸ਼ੀ ਨੂੰ ਰੰਗੇ ਹੱਥੀਂ ਕਾਬੂ ਕਰਵਾ ਦਿੱਤਾ। ਫਿਲਹਾਲ ਵਿਜੀਲੈਂਸ ਵਿਭਾਗ ਵੱਲੋਂ ਆਡੀਟਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਜ ਤੀਰਥ ਸਿੰਘ ਪੰਚਾਇਤ ਅਫਸਰ, ਜੋ ਕਿ ਪਹਿਲਾਂ ਪੰਚਾਇਤ ਸਮਿਤੀ ਘਰ ਵਿੱਚ ਲੱਗਾ ਹੋਇਆ ਸੀ, ਉਹਨੇ ਆ ਕੇ ਸਾਨੂੰ ਇੱਕ ਬਿਆਨ ਦਰਜ ਕਰਾਇਆ ਕਿ ਉਹ ਜਦੋਂ ਪਹਿਲਾਂ ਘਰ ਵਿੱਚ ਲੱਗਾ ਹੋਇਆ ਸੀਗਾ, ਉਸ ਟਾਈਮ ਦੇ ਵਿੱਚ ਪਿੰਡ ਫਿਰੋਜ਼ਸ਼ਾਹ ਦੇ ਵਿੱਚ ਟੂਰਨਾਮੈਂਟ ਕਰਾਇਆ ਗਿਆ ਸੀ। ਉੱਥੇ ਜਿਹੜੀ ਇਨਾਮ ਦੀ ਰਾਸ਼ੀ ਵੰਡੀ ਗਈ ਸੀ, ਉਹ ਜਿਹੜੇ ਪ੍ਰਬੰਧ ਦੇ ਪੈਸੇ ਸਰਕਾਰ ਨੇ ਦੇਣੇ ਸੀ, ਉਸ ਸੰਬੰਧ ਵਿੱਚ ਉਦੋਂ ਦੇ BDPO ਨੇ 2.5 ਲੱਖ ਰੁਪਇਆ ਇਹਦੇ ਨਾਂ ਦੇ ਚੈੱਕ ਕੱਟ ਕੇ ਦਿੱਤਾ ਸੀ ਟੂਰਨਾਮੈਂਟ ਦੇ ਸੰਬੰਧ ਵਿੱਚ। ਉਹਦੀ ਫਾਈਲ ਵਗੈਰਾ ਜਿਹੜੀ ਇਹਨੇ ਦਫ਼ਤਰ ਜਮ੍ਹਾਂ ਕਰਾਤੀ ਸੀ, ਜੋ ਪਾਸ ਹੋ ਚੁੱਕੀ ਸੀ। ਹੁਣ ਪੰਚਾਇਤ ਸਮਿਤੀ ਘਲਪੁਰਤ ਦਾ ਆਡਿਟ ਚੱਲ ਰਿਹਾ ਸੀ, ਜੋ ਸੁਖਮੰਦਰ ਸਿੰਘ ਲੀਡਰ ਆਡਿਟ ਕਰ ਰਿਹਾ ਸੀਗਾ। ਇਹ ਉਸ ਨੂੰ ਕਹਿ ਰਿਹਾ ਸੀਗਾ ਵੀ ਇਹ ਜਿਹੜੇ ਤੂੰ ਪੈਸੇ 2.5 ਲੱਖ ਰੁਪਏ ਖਰਚੇ, ਠੀਕ ਤਰੀਕੇ ਨਹੀਂ ਖਰਚੇ, ਮੈਂ ਇਹਦੇ ਸੰਬੰਧੀ ਆਡਿਟ ਓਬਜੈਕਸ਼ਨ ਲਵਾਂਗਾ, ਅਤੇ ਜੇ ਤੂੰ ਮੈਨੂੰ 20,000 ਰੁਪਏ ਦੇ ਦੇਗਾ ਤਾਂ ਮੈਂ ਜਿਹੜਾ ਆਡਿਟ ਓਬਜੈਕਸ਼ਨ ਨਹੀਂ ਲਾਵਾਂਗਾ। ਜਿਸ 'ਤੇ ਇਹਨਾਂ ਦਾ ਸੌਦਾ 15,000 ਰੁਪਏ 'ਚ ਹੋ ਗਿਆ ਸੀ, ਉਹਦੇ 'ਚੋਂ 10,000 ਰੁਪਏ ਅੱਜ ਦਿੱਤੇ ਜਾਣੇ ਸੀ। ਇਸ ਸੰਬੰਧ ਵਿੱਚ ਤੀਰਥ ਸਿੰਘ ਪੰਚਾਇਤ ਅਫਸਰ ਦੀ ਸ਼ਿਕਾਇਤ ਅਤੇ ਬਿਆਨ 'ਤੇ ਮੁਕੱਦਮਾ ਨੰਬਰ 18 ਮਿਤੀ 20/9/17 ਦਰਜ ਕਰਦੇ ਹੋਏ ਸੁਖਮੰਦਰ ਸਿੰਘ ਲੀਡਰ ਨੂੰ ਤੀਰਥ ਸਿੰਘ ਪਾਸੋਂ 10,000 ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਸਰਕਾਰੀ ਗਵਾਹਾਂ ਅਤੇ ਸ਼ਹਿਰੋਗਵਾਰੀ ਹਾਜ਼ਰੀ ਗ੍ਰਿਫਤਾਰ ਕੀਤਾ। ਫਿਰੋਜ਼ਪੁਰ ਤੋਂ ਬਿਊਰੋ ਰਿਪੋਰਟ, ਖਬਰ ਹਰ ਪਲ ਇੰਡੀਆ ਲਈ।